আপনাকে বলি না, তাহলে পে কই হয় নি জয়েন শুরু তো কর দাঁ কিছু আউন ফের দসাবে আপন বই ਕੁਲਜੀਤ ਵੜਿੰਗ ਵਾਚਿੰਗ ਇੱਕ ਬੰਦਾ ਹੀ ਆਇਆ ਤਾਂ ਰਾਸ਼ਮਾਨ ਵੀ ਵਾਚਿੰਗ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਛੋਟਾ ਵੀਰ ਬਲਜਿੰਦਰ ਸੇਖੂ ਬਾਈ ਅਤੇ ਅੱਜ ਆ ਮੇਰੇ ਨਾਲ ਵੀਰਾ ਛੋਟਾ ਵੀਰਾ ਸਤਿ ਸ਼੍ਰੀ ਅਕਾਲ ਜੀ ਦੀਪ ਵੜਿੰਗ ਸਾਡਾ ਭਰਾ ਅਤੇ ਤੁਹਾਨੂੰ ਦੱਸਿਆ ਸੀ ਵੀਰੇ ਇੱਥੇ ਟਾਈਮ ਮੁਤਾਬਿਕ ਅਸੀਂ ਹੋ ਚੁੱਕੇ ਹਾਂ ਲਾਈਵ 5 ਵਜੇ ਗਾਣੇ ਬਾਰੇ ਤੁਹਾਨੂੰ ਦੱਸਦੇ ਹਾਂ ਅੱਜ ਗਾਣਾ ਜੀ ਹੋ ਚੁੱਕਿਆ ਆਲਮੋਸਟ ਹੈ ਨਾ ਹੋ ਗਿਆ ਸ਼ੂਟ ਸ਼ੂਟ ਹੋ ਕਰ ਰਹੇ ਹਾਂ ਵੈਸੇ ਬਸ ਨੇੜੇ ਲੱਗਣ ਵਾਲਾ 80% ਲਗਭਗ ਤਿਆਰ ਕਰੀ ਜਾਂਦੇ ਆ ਸ਼ਾਰਟ ਹੋ ਚੁੱਕੇ ਹੈਗੇ ਰੈਡੀ ਸੋ ਕਰ ਚੱਲੀ ਜਾਂਦਾ ਜੀ ਸ਼ੂਟ ਆਪਣਾ ਅਤੇ ਤੁਸੀਂ ਕਰਿਓ ਸਾਰੇ ਜਾਣੇ ਸਪੋਰਟ ਥੋੜ੍ਹੇ ਕੁ ਦਿਨਾਂ ਤੱਕ ਕਰਾਂਗੇ ਵੀਡੀਓ ਤੁਹਾਡੇ ਚਰਨਾਂ 'ਚ ਪੇਸ਼ ਕੀ ਹਾਲ ਆ ਬਾਈ ਵਧੀਆ ਵੀਰੇ ਬਲਜੀਤ ਤੁਸੀਂ ਸੁਣਾਓ ਤੁਹਾਨੂੰ ਸੈੱਟ ਦਿਖਾ ਦਿਓ ਥੋੜ੍ਹਾ ਜਿਹਾ ਤਿਆਰੀ ਕਰੀ ਜਾਂਦੇ ਆ ਬਾਈ ਹੁਣੀ ਉਹ ਦੇਖ ਸਕਦੇ ਹੋ ਤੁਸੀਂ ਵੀਰੇ ਸੈੱਟ ਆਪਣਾ ਚੱਲ ਰਿਹਾ ਹੈ ਇੱਥੇ ਸਿੰਕ ਕੱਟਣੇ ਬਾਈ ਤੇਰੇ ਸਿੰਕ ਨਹੀਂ ਬਾਈ ਇੱਥੇ ਉਹਦਾ ਮਾਡਲ ਦਾ ਸ਼ੂਟ ਕਰਨਾ ਇੱਥੇ ਮਾਡਲ ਦਾ ਕਰਨਾ ਚਲੋ ਡਾਇਰੈਕਟਰ ਸਾਹਿਬ ਨੂੰ ਪਤਾ ਸੋ ਦੇਖ ਲਿਆ ਸਰ ਤੁਸੀਂ ਆ ਬਾਈ ਹੁਣ ਕਰਿਓ ਸਾਰੇ ਜਾਣੇ ਸਪੋਰਟ ਹੈ ਗਾਣਾ ਆਪਣਾ ਆਜੂਗਾ ਥੋੜ੍ਹੇ ਕੁ ਦਿਨਾਂ ਨੂੰ ਤੁਹਾਡੇ ਚਰਨਾਂ 'ਚ ਬਾਈ ਨਾਲ ਗੱਲ ਕਰ ਲਓ ਟੀਪ ਨਾਲ ਲੈ ਦੀਪ ਸਾਹਿਬ ਹਾਂਜੀ ਓਕੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਬਲਜੀਤ ਵੜਿੰਗ ਇਹ ਬਾਈ ਆਪਣੇ ਪਿੰਡ ਤੋਂ ਹੈ ਅਤੇ ਬਾਈ ਨੇ ਸੈੱਟ ਤੁਹਾਨੂੰ ਦਿਖਾ ਦਿੱਤਾ ਕੋਈ ਗੱਲ ਨਹੀਂ ਬਾਈ ਠੀਕ ਹੈ ਸਪੋਰਟ ਤੁਸੀਂ ਕਰਨੀ ਹੈ ਅਤੇ ਬੱਬੂ ਵੀਰਾ ਬੱਬੂ ਬੱਬੂ ਉਰਿਆ ਬੱਬੂ ਵੀਰੇ ਨਾਲ ਮਿਲਾਉਣੇ ਤੁਹਾਨੂੰ ਬਾਈ ਉਰਿਆ ਇਹ ਬਾਈ ਆ ਰਿਹਾ ਸਦਾ ਇਹ ਮੇਰੀ ਜਾਨ ਇਹ ਆਹ ਹੁੰਦੀ ਹੈ ਜਿਹੜੀ ਇਹ ਬਹੁਤ ਘੈਂਟ ਬੰਦਾ ਹੈ ਜਿੰਨਾ ਇਸ ਬੰਦੇ ਨੇ ਹੈਲਪ ਕੀਤੀ ਹੈ ਕਿਸੇ ਨੇ ਧਰਮਿੰਦਰ ਡੱਬੀ ਬਾਦ ਵਾਚਿੰਗ ਹੋਰ ਸੁਣਾਓ ਜੀ ਤੇ ਅੱਜ ਆਪਣੀ ਸ਼ੂਟਿੰਗ ਡਨ ਹੋ ਗਈ ਥੋੜੇ ਦਿਨਾਂ ਤੱਕ ਆਪਾਂ ਫਿਲਹਾਲ ਅੱਜ ਗਰਮੀ ਇੰਨੀ ਕੁ ਸੀ ਪਰ ਫਿਰ ਵੀ ਮਿਹਨਤ ਕੀਤੀ ਹੈ ਜੀ ਆਈ ਹੋਪ ਕਿ ਤੁਸੀਂ ਸਾਰੇ ਵੀਡੀਓ ਦੇਖ ਕੇ ਇੰਨਾ ਕੁ ਤਾਂ ਪਸੰਦ ਕਰੋਗੇ ਹੀ ਜਿੰਨਾ ਕਿ ਸਾਡੀ ਮਿਹਨਤ ਦਾ ਫਲ ਮਿਲ ਜੇ ਬਲਜਿੰਦਰ ਕੋਈ ਕਹਿਣਾ ਚਾਹੁੰਦਾ ਤੁਹਾਨੂੰ ਮੈਂ ਬਸ ਰਿਕੁਐਸਟ ਹੈ ਜੀ ਮੇਰੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਕਿ ਗਾਣਾ ਮੁੰਡੇ ਨੇ ਬਹੁਤ ਮਿਹਨਤ ਕੀਤੀ ਹੈ ਜੀ ਬਹੁਤ ਗਲਾ ਪੜਵਾਇਆ ਮੁੰਡੇ ਨੇ ਸਾਡੇ ਨੇ ਰਿਆਜ਼ ਬਹੁਤ ਕੀਤਾ ਬੰਦੇ ਨੇ ਸੋ ਵੀਡੀਓ 'ਚ ਵੀ ਅੱਜ ਗਰਮੀ ਤੁਹਾਨੂੰ ਪਤਾ ਹੀ ਹੈ ਜੀ ਬਹੁਤ ਜ਼ਿਆਦਾ ਸੀਗੀ ਆਪਣੇ ਇੱਥੇ ਬਠਿੰਡੇ ਦੇ ਆਸ ਪਾਸ ਸ਼ੂਟ ਕੀਤੀ ਹੈ ਵੀਡੀਓ ਆਪਣੀ ਸੋ ਬਾਈ ਤੁਸੀਂ ਸਾਰਿਆਂ ਨੇ ਕਰਨੀ ਆ ਸਪੋਰਟ ਖਿੱਚ ਕੇ ਮੁੰਡੇ ਨੂੰ ਕਿਉਂਕਿ ਮੁੰਡਾ ਮਿਹਨਤ ਹੀ ਬਹੁਤ ਹੈ ਜੀ ਅਤੇ ਬਾਕੀ ਆਪਣਾ ਗਾਣਾ ਤੁਸੀਂ ਦੱਸਿਓ ਸੁਣ ਕੇ ਕਿਵੇਂ ਲਿਖਿਆ ਤੁਹਾਡੇ ਛੋਟੇ ਭਰਾ ਨੇ ਲਿਖਣ ਦੀ ਕੋਸ਼ਿਸ਼ ਕੀਤੀ ਹੈ ਅਤੇ ਆਪਣੇ ਅਮਰ ਆਡੀਓ ਵੱਲੋਂ ਹਲੇ ਵੈਸੇ ਚੱਲ ਰਹੀ ਹੈ ਕੋਈ ਫਾਈਨਲ ਨਹੀਂ ਹੋਇਆ ਸ਼ਾਇਦ ਬਾਈ ਸਾਡੇ ਨਾਲ ਸੈੱਟ ਤੋਂ ਹੋਰ ਕਮਲਦੀਪ ਬਾਈ ਇਹ ਕਮਲਦੀਪ ਬਾਈ ਹੈ ਜੀ ਤਲਵੰਡੀ ਸਾਬੋ ਤੋਂ ਬਾਈ ਬਹੁਤ ਵਧੀਆ ਐਕਟਰ ਨੇ ਤੇ ਬਹੁਤ ਵਧੀਆ ਐਕਟ ਕਰਦੇ ਨੇ ਬਾਈ ਇਹਨਾਂ ਦੀ ਹੁਣੇ ਇੱਕ ਮੂਵੀ ਆਈ ਸੀ ਆਸ ਮੂਵੀ ਸ਼ੋਰਟ ਮੂਵੀ ਆਈ ਸੀ ਬਹੁਤ ਸੋਹਣਾ ਮੈਸੇਜ ਦਿੱਤਾ ਇਹਨਾਂ ਨੇ ਸੋ ਇਹਨਾਂ ਨੂੰ ਬਾਈ ਜੀ ਨੂੰ ਵੀ ਸਪੋਰਟ ਕਰੋ ਹੁਣ ਥੋੜ੍ਹੀ ਦੇਰ ਤੁਹਾਡੇ ਨਾਲ ਇਹ ਗੱਲ ਕਰਨਗੇ ਦੇਖੋ ਬਾਈ ਜੀ ਹਾਂਜੀ ਥੈਂਕ ਯੂ ਜੀ ਆਹ ਸ਼ੇਅਰ ਕਰ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅਤੇ ਅੱਜ ਬਾਈ ਦੀਪ ਦੇ ਸੌਂਗ ਦੀ ਸ਼ੂਟ 'ਤੇ ਅਤੇ ਬਹੁਤ ਅੱਛਾ ਸ਼ੂਟ ਚੱਲ ਰਿਹਾ ਬਟ ਗਰਮੀ ਬਹੁਤ ਜ਼ਿਆਦਾ ਆ ਅਤੇ ਹੁਣ ਆਓ ਤੁਹਾਨੂੰ ਸਾਰੀ ਕਰਿਊ ਦੇ ਨਾਲ ਮਿਲਾਉਂਦੇ ਹਾਂ ਸਾਰੀ ਟੀਮ ਦੇ ਨਾਲ ਮਿਲਾਉਂਦੇ ਹਾਂ ਜ਼ਰੂਰ ਉਹ ਦੇਖੋ ਅੱਗੇ ਸ਼ੂਟ ਚੱਲ ਰਿਹਾ ਇਹ ਸਾਡੇ ਡੀ ਓ ਪੀ ਬਾਈ ਦੀਪ ਸੌਂਗ ਦੇ ਬੜਿੰਗ ਦੇ ਜਿਹੜਾ ਸੌਂਗ ਸ਼ੂਟ ਕਰ ਰਹੇ ਨੇ
ਬਹੁਤ ਹੀ ਅੱਛਾ ਵਰਕ ਚੱਲ ਰਿਹਾ ਬਾਈ ਬੂਟਾ ਸੋਨੀ ਜੀ ਬਾਈ ਜੀ ਲਾਈਵ ਬੂਟਾ ਸੋਨੀ ਜੀ ਅਤੇ ਸੌਂਗ ਨੂੰ ਡਾਇਰੈਕਟ ਕਰ ਰਹੇ ਨੇ ਸਾਡੇ ਡਾਇਰੈਕਟਰ ਸਾਹਿਬ ਰਾਜਮਾਨ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਮਿੱਤਰਾਂ ਨੂੰ ਜਿਹੜੇ ਮੇਰੇ ਵੀਰ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਹੈ ਨਾ ਅਤੇ ਅਸੀਂ ਤਾਂ ਬਾਈ ਜੀ ਮਿਹਨਤ ਕਰਦੇ ਹਾਂ ਜੀ ਸਾਡਾ ਕੰਮ ਹੈ ਮੇਰਾ ਵੱਡਾ ਭਰਾ ਬਹੁਤ ਪਿਆਰਾ ਮੇਰਾ ਵੀਰ ਹੈ ਅਤੇ ਸਰਾਣੀ ਪਈ ਬੰਦੂਕ ਵਰਗਾ ਵੀਰ ਹੈ ਨਾ ਜਿਹੜਾ ਜਦੋਂ ਮਰਜ਼ੀ ਚੱਕੀਏ ਤਾਂ ਕੰਮ ਆ ਜਾਂਦਾ ਅਤੇ ਇਸ ਬਾਈ ਦੀ ਕਿਰਪਾ ਦੇ ਨਾਲ ਸਾਡਾ ਗਾਣਾ ਅੱਜ ਸੰਪੂਰਨ ਹੋਣ ਲੱਗਿਆ ਗਾ ਅਤੇ ਤੁਹਾਡੇ ਵੱਲੋਂ ਵੀ ਤੁਸੀਂ ਸਾਰੇ ਜਾਣੇ ਸਾਨੂੰ ਪਿਆਰ ਦੇਣਾ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਲੋੜ ਹੈ ਹਾਂ ਅਤੇ ਕਦੇ ਵੀ ਕਿਸੇ ਜਿਹੜੇ ਸਿੰਗਰ ਸਾਨੂੰ ਦੇਖ ਰਹੇ ਨੇ ਸਾਡੇ ਭਰਾ ਸਾਡੇ ਮੇਰੇ ਖਾਸ ਤੌਰ 'ਤੇ ਮੈਨੂੰ ਪਿਆਰ ਕਰਨ ਵਾਲੇ ਜੇ ਕਿਸੇ ਵੀਰ ਨੇ ਗਾਣਾ ਕਰਾਉਣਾ ਆ ਕੇ ਨਾ ਅਤੇ ਸਿੱਧਾ ਬਠਿੰਡੇ ਵੱਜਿਆ ਕਰੋ ਆਹ ਬਾਈ ਨੂੰ ਜਾਣਦੇ ਨੂੰ ਸਾਰੇ ਨੇ ਰਾਜਮਾਨ ਬਾਈ ਦਾ ਨਾਮ ਹੈ ਅਤੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਘੱਟ ਪੈਸਿਆਂ ਦੇ ਵਿੱਚ ਮਤਲਬ ਪੂਰੇ ਵਧੀਆ ਗੀਤਾਂ ਜਾਣ ਪਾਉਂਦਾ ਬੰਦਾ ਹੈ ਨਾ ਉਹ ਬੰਦਾ ਬਾਬਾ ਜੀ ਬਾਬਾ ਬੰਦਾ ਸਾਡਾ ਭਰਾ ਸੱਚੀ ਮੁੱਚੀ ਰੀਅਲ 'ਚ ਮੈਂ ਸ਼ਾਰਟ ਰੈਡੀ ਕਰਾਵਾਂ ਹਾਂ ਅਤੇ ਇਹ ਇਹ ਸਾਡਾ ਵੀਰ ਇਹਦੇ ਬਾਰੇ ਤਾਂ ਮੈਂ ਕੀ ਬੋਲਾਂ ਹੈ ਨਾ ਜਿੰਨਾ ਕੁ ਮੈਂ ਬੋਲਾਂ ਓਨਾ ਕੁ ਘੱਟ ਹੈ ਅਤੇ ਸੂਰਤ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਵੀਰ ਬਾਰੇ ਤਾਂ ਅਤੇ ਬਾਬੇ ਲੋਕਾਂ ਦੇ ਵਿੱਚੋਂ ਨਾਮ ਹੈ ਇਹਨਾਂ ਦੇ ਡੈਡੀ ਉਹ ਵੀ ਮੇਰੇ ਵੱਡੇ ਭਰਾ ਨੇ ਅਤੇ ਇਹ ਵੀ ਮੈਂ ਇਹਨੂੰ ਕਦੇ ਭਤੀਜਾ ਨਹੀਂ ਕਹਿੰਦਾ ਵੀ ਮੇਰਾ ਭਰਾ ਹੀ ਹੈ ਅਤੇ ਬਹੁਤ ਵਧੀਆ ਸੋਚ ਆ ਮੁੰਡੇ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਮੇਰਾ ਬਾਈ ਬਹੁਤ ਜ਼ਿਆਦਾ ਤਰੱਕੀ ਕਰੂਗਾ ਹੈ ਨਾ ਅਤੇ ਗਾਣਾ ਜੱਟ ਦੇ ਹਾਲਾਤ ਲੈ ਕੇ ਆ ਰਿਹਾ ਜੀ ਬਹੁਤ ਜਲਦੀ ਅਤੇ ਗਾਣੇ ਦੇ ਜਿਹੜੇ ਲੈਰਿਕਸ ਦਾ ਉਹ ਹੈਗਾ ਬਲਜਿੰਦਰ ਸੇਖੂ ਵੀਰ ਦੇ ਲਿਖੇ ਹੋਏ ਮਿਊਜ਼ਿਕ ਕੀਤਾ ਮੇਰੇ ਵੀਰ ਰਵੀ ਸ਼ੰਕਰ ਨੇ ਅਤੇ ਪੇਸ਼ਕਸ਼ ਤੁਹਾਡੇ ਭਰਾ ਦੀ ਯਾਨੀ ਕਿ ਬੂਟਾ ਸੋਨੀ ਦੀ ਮੇਰੀ ਪੇਸ਼ਕਸ਼ ਹੈ ਜੀ ਅਤੇ ਬਹੁਤ ਮਿਹਨਤ ਕਰ ਰਹੇ ਤੁਸੀਂ ਦੇਖ ਰਹੇ ਹੋ ਪਸੀਨਾ ਕਿਵੇਂ ਆ ਰਿਹਾ ਹੈ ਨਾ ਬਾਕੀ ਤੁਸੀਂ ਪਿਆਰ ਦੇਣਾ ਸਾਰਿਆਂ ਨੇ ਅਤੇ ਇੱਧਰ ਮੇਰਾ ਵੀਰ ਜਿਹਦਾ ਗਾਣਾ ਕੀਤਾ ਆਪਾਂ ਦੇਖੋ ਜੀ ਧੁੱਪ ਦੇ ਵਿੱਚ ਹੈ ਨਾ ਮਿਹਨਤ ਕਰ ਰਹੇ ਹਾਂ ਜੀ ਬਾਈ ਇਹ ਸਾਡਾ ਕੰਮ ਤਾਂ ਮਿਹਨਤ ਕਰਨਾ ਤੁਸੀਂ ਪਿਆਰ ਦੇਣਾ ਹੈ ਨਾ ਤੁਹਾਡਾ ਤੁਸੀਂ ਆਸ਼ੀਰਵਾਦ ਦੇਣਾ ਇਸ ਬੱਚੇ ਨੂੰ ਅਤੇ ਮੈਨੂੰ ਸਤਿ ਸ਼੍ਰੀ ਅਕਾਲ ਜੀ ਮਨਜਿੰਦਰ ਤਨੇਜਾ ਹਾਂਜੀ ਦੋਸਤੋ ਬਾਕੀ ਹਾਲੇ ਥੋੜ੍ਹੀ ਟੀਮ ਉਹ ਦੇਖੋ ਜੇ ਗਰਮੀ ਬਹੁਤ ਜ਼ਿਆਦਾ ਤੁਹਾਨੂੰ ਦਿਖਾਉਣੇ ਆ ਕਿਵੇਂ ਸ਼ਾਂਤ ਹੋਏ ਬੈਠੇ ਨੇ ਆਹ ਦੇਖੋ ਸਾਡਾ ਵੀਰ ਮਾਡਲ ਇੱਧਰ ਗਲਾਸ ਲਿਆ ਤਾਂ ਹਾਰ ਗਈ ਆਪਣੇ ਬੰਦੇ ਸਾਰੀ ਟੀਮ ਸਾਡੀ ਇਹ ਟੀਮ ਹੈ ਸਾਡੀ ਜੀ ਕੁਲਦੀਪ ਸ਼ੌਂਕੀ ਸਤਿ ਸ਼੍ਰੀ ਅਕਾਲ ਜੀ ਇੱਧਰ ਸਾਡਾ ਬਹਾਦਰ ਸ਼ੌਂਕੀ ਜੀ ਬਹਾਦਰ ਸੋਨੀ ਵੀਰਾ ਅਤੇ ਸਤਿ ਸ਼੍ਰੀ ਅਕਾਲ ਜੀ ਸਾਡੇ ਵੀਰਾਂ ਨੂੰ ਇੱਕ ਵਾਰੀ ਫੇਰ ਕਰੋ ਜੀ ਇਹ ਬਾਈ ਸੱਕਾਂ ਵਾਲੀ ਤੋਂ ਸਪੈਸ਼ਲ ਆਇਆ ਬਹੁਤ ਪਿਆਰਾ ਵੀਰ ਆ ਸੱਕਾਂ ਵਾਲੀ ਪਿੰਡ ਤੋਂ ਆ ਜੀ ਹੈ ਨਾ ਅਤੇ ਸਾਡਾ ਪਿਆਰਾ ਵੀਰ ਹੈ ਛੋਟੀ ਜਿਹੀ ਹਾਕ ਮਾਰੀ ਸੀ ਵੀਰ ਨੂੰ ਅਤੇ ਬਾਈ ਹਾਜ਼ਰ ਹੈ ਨਾ ਮੈਂ ਬਾਈ ਦਾ ਧੰਨਵਾਦ ਕਰਦੇ ਆਪਦੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਟਾਈਮ ਛੱਡ ਕੇ ਆਇਆ ਅੱਛਾ ਵੈਰੀ ਗੁੱਡ ਤਨੇਜਾ ਸਾਹਿਬ ਜੀ ਆਪੇ ਤੁਹਾਡਾ ਪਿਆਰ ਹੈ ਜੀ ਆਪਾਂ ਕਾਹਦੀਆਂ ਜੋਬਾਂ ਕਰਦੇ ਆਪਾਂ ਤਾਂ ਬਸ ਪਿਆਰ ਕਰਦੇ ਹਾਂ ਜੀ ਹਾਂ ਔਰ ਮੈਂ ਅਗਲੀ ਜਿਹੜੀ ਸ਼ਖਸੀਅਤ ਨੂੰ ਪੇਸ਼ ਕਰਨ ਲੱਗਿਆ ਸਾਡੇ ਵੀਰ ਜਿਹੜੇ ਕੈਮਰਾ ਆਪਰੇਟ ਕਰ ਰਹੇ ਨੇ ਅਵਿਨਾਸ਼ ਕੁਮਾਰ ਜੀ ਮੇਰਾ ਵੀਰ ਬਾਈ ਜੀ ਗਰਮੀ ਨੇ ਮੱਤ ਮਾਰ ਰੱਖੀ ਹੈ ਤੇ ਲਵ ਯੂ ਬਹੁਤ ਕਰਦਾ ਮੈਨੂੰ ਤੇ ਇੱਧਰ ਸਾਡੇ ਬਲਜਿੰਦਰ ਸੇਖੂ ਵੀਰਾ ਤੇ ਪੰਜਾਬ ਬਚਾਓ ਗੀਤ ਦੇ ਗਾਇਕ ਮੇਰਾ ਵੀਰ ਰੁਪਿੰਦਰ ਮਾਹੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੇ ਬਾਈ ਦਾ ਸ਼ੂਟ ਹਾਫ ਕੰਪਲੀਟ ਹੋ ਗਿਆ ਕੁਛ ਸੀਨ ਰਹਿ ਗਏ ਨੇ ਉਹ ਵੀ ਕੰਪਲੀਟ ਕਰੀ ਜਾਂਦੇ ਹਾਂ ਤੇ ਸਪੋਰਟ ਕਰਿਓ ਜੱਟ ਦੇ ਹਾਲਾਤ ਗਾਣੇ ਨੂੰ ਦੀਪ ਬੜਿੰਗ ਤੇ ਸੇਖੂ ਬਾਈ ਦਾ ਲਿਖਿਆ ਸੇਖੂ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਨਤ ਕਰ ਰਹੇ ਹਾਂ ਤੇ ਸਪੋਰਟ ਤੁਹਾਡੀ ਪੂਰੀ ਚਾਹੀਦੀ ਹੈ ਜੀ ਸਪੋਰਟ ਕਰਿਓ ਔਰ ਇੱਕ ਗੱਲ ਹੋਰ ਜੀ ਸਾਡੇ ਆਹ ਭਰਾ ਨਾ ਆਉਂਦੇ ਤਾਂ ਬਾਕੀ ਯਾਰ ਅਸੀਂ ਇਸ ਗਾਣੇ ਨੂੰ ਨਹੀਂ ਕਰ ਸਕਦੇ ਸੀਗੇ ਬਾਈ ਜੀ ਮਿਹਰਬਾਨੀ ਥੈਂਕ ਯੂ ਤੇ ਆਪਣਾ ਵੀਰ ਮਾਡਲ ਨੂੰ ਜਿਹੜਾ ਸਾਡਾ ਵੀਰ ਸਪੈਸ਼ਲ ਆਪਣੇ ਇਸ ਗਾਣੇ ਦੇ ਵਿੱਚ ਉੱਚੇ ਉੱਚੇ ਤੌਰ 'ਤੇ ਬੁਲਾਇਆ ਸਾਡਾ ਭਰਾ ਬਾਈ ਸਾਡਾ ਉਹ ਸਾਹਮਣੇ ਖੜਾ ਧੁੱਪ ਬਹੁਤ ਪੈਂਦੀ ਹੈ ਬਾਈ ਜੀ ਹੈ ਨਾ ਅਤੇ ਮੇਕਅਪ ਕੀਤਾ ਹੋਇਆ ਬਾਈ ਦੇ ਮਿਲਾਉਣੇ ਤੁਹਾਨੂੰ ਇਹ ਵੀ ਬਾਈ ਬਹੁਤ ਸਪੋਰਟ ਕਰਦਾ ਸਾਡੀ ਬਾਈ ਹਰਮਨ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਰਿਸਪੈਕਟਡ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਦ ਗੁੱਡ ਆਫਟਰਨੂਨ ਜੀ ਬੂਟਾ ਸੋਨੀ ਬਾਈ ਜੀ ਉਹਨਾਂ ਕੋਲ ਆਏ ਹਾਂ ਇਹਨਾਂ ਦਾ ਗਾਣਾ ਕਰਨ ਅਤੇ ਬਹੁਤ ਵਧੀਆ ਲੱਗ ਰਿਹਾ ਗਰਮੀ ਬਹੁਤ ਜ਼ਿਆਦਾ ਜੀ ਪਰ ਹਰੇਕ ਕੰਮ ਮਿਹਨਤ ਨਾਲ ਹੁੰਦਾ ਤਾਂ ਇਸ ਕਰਕੇ ਲੱਗੇ ਹੋਏ ਹਾਂ ਅਤੇ ਤੁਹਾਡੇ ਵੱਲੋਂ ਅਸੀਂ ਸਪੋਰਟ ਚਾਹਵਾਂਗੇ ਜਿੱਦਾਂ ਤੁਸੀਂ ਮੇਰੇ ਪਹਿਲੇ ਟਰੈਕ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਇਸ ਟਰੈਕ ਨੂੰ ਵੱਧ ਤੋਂ ਵੱਧ ਪਿਆਰ ਦਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਹੁਤ ਪਿਆਰਾ ਵੀਰ ਹੈ ਬਾਈ ਜੀ ਔਰ ਬਹੁਤ ਮਿਹਨਤ ਕਰ ਰਿਹਾ ਮੇਰਾ ਬਾਈ ਇੱਧਰ ਸਾਡੇ ਵੀਰ
ਹਰਮਨ ਵੀਰ ਦੇ ਨਾਲ ਆਏ ਨੇ ਤੇ ਬਹੁਤ ਵਧੀਆ ਕੋਰੀਓਗ੍ਰਾਫਰ ਨੇ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਐਕਟਰ ਨੇ ਮੇਰਾ ਵੀਰ ਤੇ ਬਹੁਤ ਘੈਂਟ ਬੰਦਾ ਹੈ ਵੀ ਥੈਂਕ ਯੂ ਇੱਦਾਂ ਸਾਡਾ ਮੇਰਾ ਭਾਣਜਾ ਗਗਨ ਜਿਹਨੂੰ ਅਸੀਂ ਕਹਿੰਦੇ ਹਾਂ ਬੋਲ ਬਾਈ ਕੀ ਕਹਿੰਦੇ ਹੋ ਦੱਸ ਦਿਓ ਡੈਵਿਡ ਡੈਵਿਡ ਹੈ ਨਾ ਹਾਂਜੀ ਬਹੁਤ ਘੈਂਟ ਹੈ ਵੀ ਡੈਵਿਡ ਵੀ ਸਾਡਾ ਅੱਧੀ ਆਵਾਜ਼ 'ਤੇ ਠਾ ਗੋਲੀ ਵਾਂਗੂ ਵੱਜਦਾ ਹੈ ਨਾ ਸੀਨੇ 'ਚ ਘੈਂਟ ਲੱਗਦਾ ਬਾਈ ਅਤੇ ਅਗਲੀਆਂ ਸਾਰੀਆਂ ਜਿਹੜੀਆਂ ਕੁੜੀਆਂ ਜਿਹੜੀਆਂ ਕੁੜੀਆਂ ਇਸ ਗਾਣੇ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਉਹਨਾਂ ਦਾ ਵੀ ਆਪਾਂ ਹੱਕ ਬਣਦਾ ਯਾਰ ਸਾਰੀ ਟੀਮ ਨੂੰ ਆਪਾਂ ਤੁਹਾਡੇ ਰੂਬਰੂ ਕਰੀਏ ਕਿਉਂਕਿ ਇੱਕ ਗੱਲ ਮੈਂ ਕਹਿਣਾ ਹੁੰਦਾ ਵੀ ਦੌਲਤ ਕਮਾਈ ਹੈ ਜਾਂ ਸ਼ੋਹਰਤ ਕਮਾਈ ਹੈ ਜਿੰਨੀ ਵੀ ਆ ਯਾਰਾਂ ਦੀ ਬਦੌਲਤ ਕਮਾਈ ਹੈ ਬਸ ਜਿੰਨਾ ਕੁਛ ਬਣਿਆ ਵੀਰੇ ਤੁਹਾਡੇ ਪਿਆਰ ਸਰਕਾ ਬਣਿਆ ਹੈਲੋ ਗੁੱਡ ਆਫਟਰਨੂਨ ਆਲ ਆਫ ਯੂ ਕੈਸੇ ਹੋ ਸਭ ਕਾਫੀ ਮਾਹੌਲ ਅੱਛਾ ਬਣਾ ਹੁਆ ਹੈ ਅੱਜ ਔਰ ਜੈਸੇ ਕਿ ਆਪ ਦੇਖ ਰਹੇ ਹੈ ਪ੍ਰੋਪਰ ਤਿਆਰੀਆਂ ਚੱਲ ਰਹੀਆਂ ਗਾਣਾ ਬਹੁਤ ਜ਼ਿਆਦਾ ਅੱਛਾ ਹੈ ਔਰ ਮੈਂ ਕੋਸ਼ਿਸ਼ ਕਰੂੰਗੀ ਕਿ ਆਪ ਇਸ ਗਾਣੇ ਕੋ ਜ਼ਿਆਦਾ ਸੇ ਜ਼ਿਆਦਾ ਸਪੋਰਟ ਕਰੇ ਨੀਡਸ ਯੂਅਰ ਸਪੋਰਟ ਫ੍ਰੈਸ਼ਰ ਸਿੰਗਰ ਹੈ ਔਰ ਆਪਕੇ ਬਿਨਾ ਕੁਛ ਵੀ ਪੋਸੀਬਲ ਨਹੀਂ ਹੈ ਔਰ ਇਹ ਹਾਂ ਇਹ ਬਾਤ ਮਾਨਨੀ ਪੜੇਗੀ ਲੜਕਾ ਬਿਲਕੁਲ ਔਸਮ ਗਾਤਾ ਹੈ ਇਸਮੇ ਕੋਈ ਡਾਊਟ ਨਹੀਂ ਹੈ ਹੋਪ ਕਰਤੇ ਹੋ ਆਪਕੋ ਸਬਕੋ ਇਹ ਸੌਂਗ ਪਸੰਦ ਆਏ ਔਰ ਜੈਸੇ ਕਿ ਵੋ ਦੇਖੋ ਕਿਆ ਕਰ ਰਿਹਾ ਉਹ ਦੇਖੋ ਕਿਤੇ ਖੁਸ਼ੀ ਕੇ ਮਾਰੇ ਦੇਖੋ ਖੁਸ਼ੀ ਕੇ ਮਾਰੇ ਇਨਕੋ ਆਪਣਾ ਹੋਸ਼ ਹੀ ਨਹੀਂ ਹੈ ਅੱਜ ਦੋ ਦਿਨ ਸੇ ਸੋਏ ਨਹੀਂ ਐਸੀ ਖੁਸ਼ੀ ਮੇ ਕਿ ਮੇਰੇ ਸੌਂਗ ਕੀ ਵੀਡੀਓ ਹੈ ਔਰ ਵੋ ਮੇਨ ਮਾਡਲ ਖੜੇ ਹੈ ਜੋ ਹਮਾਰੇ ਸੌਂਗ ਮੇ ਕਾਫੀ ਅੱਛਾ ਇਹਨਾਂ ਨੇ ਵਰਕ ਕੀਆ ਹੈ ਹੀ ਇਜ਼ ਵੈਰੀ ਹਾਰਡ ਵਰਕਿੰਗ ਮੈਨ ਬਸ ਹੋ ਗਿਆ ਮੇਰੇ ਹੱਥ 'ਚ ਆ ਗਿਆ ਜੀ ਹੁਣ ਬਹੁਤ ਗੱਲਾਂ ਮਾਰ ਲਈਆਂ ਹੁਣ ਮੇਰੇ ਨਾਲ ਵੀ ਗੱਲਾਂ ਕਰ ਲਓ ਅਤੇ ਹੁਣ ਮਿਲਾਉਂਦੇ ਹਾਂ ਤੁਹਾਨੂੰ ਜੀ ਆਪਣੇ ਸਪੈਸ਼ਲ ਰੁਪਿੰਦਰ ਮਾਹੀ ਨਾਲ ਮਾਹੀ ਵੀਰੇ ਮਾਹੀ ਵੀਰੇ ਹਾਂ ਫੜ ਲਾ ਕੀ ਹੈ ਸਾਰਿਆਂ ਨੇ ਘੁੰਮ ਲਿਆ ਤੇਰੇ ਕੋਲ ਆ ਗਿਆ ਹਾਂ ਬਾਈ ਕਰ ਗੱਲ ਹਾਂਜੀ ਬਾਈ ਜੀ ਤਨੇਜਾ ਬਾਈ ਜੀ ਉਸਤਾਦ ਜੀ ਕੀ ਹਾਲ ਚਾਲ ਆ ਤੁਹਾਡੇ ਜਗਸੀਰ ਮਾਨ ਸੰਦੀਪ ਅਰੋੜਾ ਬਾਈ ਕਰਨਾ ਕੀ ਹੈ ਕੰਮ ਦੱਸ ਬਾਈ ਜੀ ਮੈਨੂੰ ਡਿਊਟੀ ਦੇ ਗਏ ਲਾਈਵ ਹੋਏ ਨੇ ਮੈਨੂੰ ਫੜਾਤਾ ਫੋਨ ਅਤੇ ਕਰਿਓ ਸਪੋਰਟ ਸਾਰੇ ਥੋੜ੍ਹੇ ਇੱਧਰ ਹਾਂ ਇੱਥੇ ਸਹੀ ਹੈ ਸਪੋਰਟ ਕਰਿਓ ਬਾਈ ਦਾ ਗਾਣਾ ਸ਼ੂਟ ਹੋਈ ਜਾਂਦਾ ਸਾਰੇ ਬਹੁਤ ਮਿਹਨਤ ਕਰ ਰਹੇ ਹੈ ਅਤੇ ਤੁਹਾਡੇ ਸਪੋਰਟ ਇੱਥੇ ਹੀ ਚੱਲਣਾ ਗਾਣਾ ਅਤੇ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਬਹੁਤ ਸੋਹਣਾ ਗਾਣਾ ਹੈਗਾ ਅਤੇ ਪਹਿਲਾਂ ਤੁਸੀਂ ਆਪਣੇ ਗਾਣੇ ਨੂੰ ਬਹੁਤ ਪਿਆਰ ਦਿੱਤਾ ਮੇਰਾ ਪੰਜਾਬ ਬਚਾਓ ਅਤੇ ਉਹੀ ਬਾਈ ਜੀ ਡਾਇਰੈਕਟਰ ਆਪਣੇ ਰਾਜਮਾਨ ਜੀ ਡਾਇਰੈਕਟ ਕਰ ਰਹੇ ਨੇ ਗਾਣਾ ਇਹ ਵਾਲਾ ਵੀ ਜੱਟ ਦੇ ਹਾਲਾਤ ਅਤੇ ਸਾਰੇ ਇੱਧਰ ਸੇਖੂ ਬਾਈ ਬੈਠਾ ਤੁਸੀਂ ਪਹਿਲਾਂ ਮਿਲ ਹੀ ਚੁੱਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਿਲ ਚੁੱਕੇ ਆਪਾਂ ਪਹਿਲਾਂ ਅਤੇ ਬਾਈ ਦਾ ਲਿਖਿਆ ਹੋਇਆ ਇੱਧਰ ਬਾਈ ਆਪਣਾ ਦੀਪਕ ਸੋਨੀ ਜੀ ਸਾਰਿਆਂ ਨੂੰ ਬਹੁਤ ਬਹੁਤ ਇਹ ਸਾਰੇ ਬਹੁਤ ਸਪੋਰਟ ਕਰ ਰਹੇ ਆ ਇਸ ਗਾਣੇ ਨੂੰ ਬਹੁਤ ਬਹੁਤ ਇਹਨਾਂ ਦੀ ਮਿਹਨਤਾਂ ਕਰਕੇ ਬਾਈ ਜੀ ਸੁਬਾਹ ਦੇ ਲੱਗੇ ਹੋਏ ਆ ਇੱਕ ਆਪਣੇ ਬਾਈ ਜੀ ਹੋਰ ਮਿਲਦੇ ਸੀਗੇ ਸਰ ਮਿਲਦੇ ਸੀ ਵਾਪਸ ਆ ਗਏ ਲਓ ਜੀ ਬਾਕੀ ਹੁਣ ਦੀਪਕ ਜੀ ਤੁਹਾਡੇ ਨਾਲ ਕਰਨਗੇ ਗੱਲਬਾਤ ਬਾਈ ਜੀ ਸੁਬਾਹ ਦੇ ਲੱਗੇ ਹੋਏ ਆ ਜੋਰਾ ਸ਼ੋਰਾ ਨਾਲ ਚੱਲ ਰਿਹਾ ਆਪਣਾ ਸ਼ੂਟ ਲਗਭਗ ਕੰਪਲੀਟ ਹੋ ਚੁੱਕਿਆ ਕੰਪਲੀਟ ਹੋ ਚੁੱਕਿਆ ਬਸ ਥੋੜ੍ਹਾ ਜਿਹਾ ਰਹਿ ਗਿਆ ਅਤੇ ਬਹੁਤ ਮਿਹਨਤ ਕੀਤੀ ਹੈ ਸਪੋਰਟ ਕਰਨੀ ਹੈ ਸਾਰਿਆਂ ਨੇ ਵੱਧ ਤੋਂ ਵੱਧ ਜਿੰਨਾ ਜ਼ਿਆਦਾ ਹੋ ਸਕੇ ਸ਼ੇਅਰ ਕਰਨਾ ਆ ਬਾਈ ਆਪਣੇ ਨਾਲ ਬਾਕੀ ਖੂਨ ਪਸੀਨੇ ਦੀ ਹੈ ਪਸੀਨਾ ਤਾਂ ਬਹੁਤ ਵਹਿ ਰਿਹਾ ਸਾਰੀ ਟੀਮ ਦਾ ਹੀ ਬਾਈ ਅਤੇ ਖੂਨ ਵਾਲਾ ਕੰਮ ਵੀ ਮੇਰੇ ਖਿਆਲ ਤਾਂ ਚੱਲ ਹੀ ਰਿਹਾ ਤਿਆਰੀ ਹੈ ਸੈੱਟ ਨੈਕਸਟ ਅਤੇ ਜ਼ਰੂਰ ਪੂਰੀ ਵੀਰ ਨੂੰ ਸਪੋਰਟ ਕਰਨੀ ਹੈ ਤੁਸੀਂ ਦੀਪ ਬੜਿੰਗ ਨੂੰ ਅਤੇ ਉਸਦੇ ਇਸ ਗੀਤ ਨੂੰ ਜ਼ਰੂਰ ਸਭ ਤੋਂ ਵੱਡੀ ਗੱਲ ਹੈ ਬਈ ਛੋਟੇ ਵੀਰ ਦੀ ਆਵਾਜ਼ ਬਹੁਤ ਪਿਆਰੀ ਹੈ ਬਹੁਤ ਅੱਛੀ ਆਵਾਜ਼ ਬਹੁਤ ਅੱਛਾ ਮਿਊਜ਼ਿਕ ਹੋਇਆ ਸੌਂਗ ਦਾ ਅਤੇ ਮੈਂ ਕਹਿੰਦਾ ਉਮੀਦ ਕਰਦਾ ਤੁਹਾਨੂੰ ਵੀਡੀਓ ਵੀ ਬਹੁਤ ਪਸੰਦ ਆਏਗੀ ਬਹੁਤ ਅੱਛਾ ਪ੍ਰੋਜੈਕਟ ਹੈ ਅਸੀਂ ਸਵੇਰ ਦੇ ਨਾਲ ਦੇਖ ਰਹੇ ਹਾਂ ਬਹੁਤ ਹੀ ਅੱਛਾ ਜ਼ਿਆਦਾ ਪ੍ਰੋਜੈਕਟ ਬਣਿਆ ਹੈਗਾ ਅੱਛੇ ਮਿਊਜ਼ਿਕ ਅੱਛਾ ਸੌਂਗ ਅਤੇ ਉਹ ਵੀ ਅੱਛੇ ਹੀ ਬਹੁਤ ਹੀ ਅੱਛੇ ਤਰ੍ਹਾਂ ਵੀਡੀਓ ਬਣ ਰਿਹਾ ਸਾਰੀ ਟੀਮ ਜੀ ਜਾਨ ਨਾਲ ਕੰਮ ਕਰ ਰਹੀ ਹੈ ਆ ਦੇਖ ਲਓ ਤੂੰ ਲੋਕੇਸ਼ਨ ਦੇਖੋ ਪਿੱਛੇ ਬਈ ਕਿਹੜੀ ਜਗ੍ਹਾ ਹੈ ਜਿਹੜੀ ਇਹ ਬਈ ਅਸੀਂ ਆਏ ਹਾਂ ਪਾਰਕ ਵਿਊ ਵੀਰੇ ਪੈਲੇਸ ਆ ਜਿਹੜਾ ਤੇ ਬਸ ਥੋੜਾ ਬਹੁਤਾ ਰਹਿ ਗਿਆ ਥੋੜਾ ਮੋਟਾ ਕੰਮ ਬਹੁਤ ਪਿਆ ਅਜੇ ਆਏ ਹਾਫ ਕੰਪਲੀਟ ਹੋ ਚੁੱਕਾ ਸਾਡਾ ਬਸ ਇਸ ਤੋਂ ਬਾਅਦ ਬਸ ਚੱਲਨੇ ਆ ਬਸ ਇਸ ਤੋਂ ਬਾਅਦ ਨੈਕਸਟ ਸੈਟ ਤੇ ਤੇ ਬਸ ਤਿਆਰੀ ਹੈ ਪੂਰੀ ਸਾਡਾ ਪਿਆਰ ਹੈ ਦੇਖੋ ਫਾਇਰ ਬੋਲ ਲਾ ਕੇ ਬਈ ਦੇਖ ਲਓ ਪਿੱਛੇ ਬੂਟਾ ਸੋਨੀ ਜੀ ਬਾਈ ਜੀ ਮਾਫੀ ਚਾਹਾਂਗੇ ਕਿਉਂਕਿ ਹੁਣ ਥੋੜੇ ਦਾ ਸ਼ਡਿਊਲ ਵੀ ਸੀ ਹਾਂ ਸੈਟ ਤਿਆਰ ਆ ਰਹੇ ਪਲੀਜ਼ ਲਵ ਯੂ ਸਰ ਲਵ ਬਾਅਦ ਚੋਂ ਗੱਲ ਕਰਾਂਗੇ ਜੀ ਸਾਰੇ ਓਕੇ ਸਰ ਇੱਕ ਮਿੰਟ ਬਾਈ ਜੀ ਲਵ ਯੂ ਸਾਰਿਆਂ ਨੂੰ ਤੇ ਚੱਕ ਦਿਓ ਫੱਟੇ ਬਸ ਜਲਦੀ ਹੀ ਪੇਸ਼ ਕਰਾਂਗੇ ਬਸ ਜਲਦੀ ਡੇਟ ਕਰਾਂਗੇ ਲਾਉਂਸ